ਆਸ ਸੁਣਦੇ ਹਾਂ ਜੀ ਲਿਓ ਤੋਲ ਸਤਾਈ ਦੀ ਕਹਾਣੀ ਈਸ਼ਵਰ ਦੀ ਪ੍ਰਾਪਤੀ ਦਾ ਸਾਧਨ ਕਿਤਾਬ ਹੈ ਚੰਬੇ ਦੀਆਂ ਕਲੀਆਂ ਤੇ ਇਸ ਨੂੰ ਅਨੁਵਾਦ ਕੀਤਾ ਹੈ ਅਭੈ ਸਿੰਘ ਨੇ ਆਵਾਸ ਸਿਮਨ ਰਿਓ ਸਿਮਰਨ ਅਕਸਤੀ ਆਨੰਦ ਸਾਹਿਬ ਸਿਮਰਤ ਸਾਸਤਰ ਪੁੰਨ ਪਾਪ ਵਿਚਾਰ ਦੇ ਤਤੈ ਸਾਰ ਨਾ ਜਾਣੀ ਤਤੈ ਸਾਰ ਨਾ ਜਾਣੀ ਗੁਰੂ ਬਾਜੋ ਤਤ ਸਾਰ ਨ ਜਾਣੀ ਤੇਹੀ ਗੁਣੀ ਸੰਸਾਰ ਪਰਮ ਸੁਤਾ ਸੁਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੈ ਨਾਨਕ ਸੋ ਤਤ ਪਾਏ ਜਿਸਨੋ ਕਹੈ ਨਾਨਕ ਸੋ ਤਤ ਪਾਏ ਜਿਸਨੋ ਅੰਦਿਨ ਹਰ ਲਿਵ ਲਾਗੇ ਜਾਗਤ ਰਹਿਣ ਵਿਹਾਣੀ ਕਹੈ ਨਾਨਕ ਸੋ ਤਤ ਪਾਈ ਜਿਸਨੋ ਅੰਦਿਨ ਹਰ ਲਿਵ ਲਾਗੇ ਜਾਗਤ ਰਹਿਣ ਵਿਹਾਣੀ ਪੰਡਤ ਵਿਦਿਆਨੰਦ ਜੀ ਆਪਣੀ ਵਿਦਿਆ ਦੇ ਚਮਤਕਾਰ ਵਿਖਾਉਂਦੇ ਸੰਸਕ੍ਰਿਤ ਵਿੱਚ ਲੈਕਚਰ ਕਰਦੇ ਬੰਮਈ ਪਹੁੰਚੇ ਇਤੋਂ ਦੇ ਕੁਝ ਪ੍ਰੇਮੀਆਂ ਨੂੰ ਵਿਆਕਰਣ ਦੀਆਂ ਗੁੰਝਲਾਂ ਸਮਝਾਉਂਦੇ, ਵੇਦਾਂ ਦੀ ਕਥਾ ਕਰਦੇ ਤੇ ਆਪਣੀ ਚਤੁਰ ਬੁੱਧੀ ਅਨੁਸਾਰ ਈਸ਼ਵਰ ਪ੍ਰਾਪਤੀ ਦਾ ਸਾਧਨ ਦੱਸਦਿਆਂ ਨੂੰ ਮਹੀਨਾ ਬੀਤ ਗਿਆ। ਚਾਰੇ ਪਾਸਿਓਂ ਵਾਹ-ਵਾਹ ਲੈ ਕੇ ਪੰਡਤ ਜੀ ਨੇ ਲੰਕਾ ਟਾਪੂ ਵਿੱਚ ਕੁਝ ਸਮਾ ਰਹਿਣ ਦਾ ਫੈਸਲਾ ਕੀਤਾ। ਲੰਕਾ ਦੇ ਬੋਧੀਆਂ ਨੂੰ Hindu ਮਤ ਦਾ ਸੰਦੇਸ਼ਾ ਦੇਣ ਲਈ ਪੰਡਤ ਜੀ ਤੋਂ ਵੱਧ ਕੇ ਯੋਗ ਹੋਰ ਕੌਣ ਹੋ ਸਕਦਾ ਸੀ ਭਲਾ? ਆਪਨੇ ਜਹਾਜ਼ ਦਾ ਟਿਕਟ ਲਿਆ ਔਰ ਉਧਰ ਨੂੰ ਰਵਾਨਾ ਹੋਏ ਜਦ ਜਹਾਜ਼ ਲੰਕਾ ਦੀਪ ਟਾਪੂਆਂ ਦੇ ਪਾਸ ਪਹੁੰਚਿਆ ਤਾਂ ਪੰਡਤ ਜੀ ਜਹਾਜ਼ ਦੇ ਤਖਤੇ ਪਰ ਖੜੇ ਹੋਏ ਸਮੁੰਦਰ ਦਾ ਨਜ਼ਾਰਾ ਵੇਖ ਰਹੇ ਸੀ ਉਹਨਾਂ ਦੀ ਨਿਗਾਹ ਤਖਤੇ ਦੇ ਇੱਕ ਪਾਸੇ ਪਈ ਜਿੱਥੇ ਕੁਝ ਬੰਦੇ ਇੱਕ ਜਹਾਜ਼ੀਏ ਨੂੰ ਚੁਫੇਰੇ ਖੜੇ ਉਹਦੀ ਗੱਲ ਪਈ ਸੁਣਦੇ ਸੀ ਜਹਾਜ਼ੀਆ ਸਮੁੰਦਰ ਵੱਲ ਪੱਛਮ ਨੂੰ ਇਸ਼ਾਰਾ ਕਰ ਰਿਹਾ ਸੀ ਪੰਡਤ ਜੀ ਨੇ ਉਧਰ ਵੇਖਿਆ ਪਰ ਕੁਝ ਨਜ਼ਰ ਨਾ ਆਇਆ ਸੋ ਪੰਡਤ ਜੀ ਇਸ ਪਾਰਟੀ ਦੇ ਨੇੜੇ ਆ ਗਏ। ਇਹਨਾਂ ਨੂੰ ਵੇਖ ਕੇ ਜਹਾਜ਼ੀਏ ਨੇ ਨਮਸਕਾਰ ਕੀਤੀ, ਬਾਕੀ ਲੋਕਾਂ ਨੇ ਵੀ ਪ੍ਰਣਾਮ ਕੀਤਾ। ਪੰਡਤ ਜੀ ਨੇ ਆਖਿਆ, ਮੈਂ ਤੁਹਾਡੀ ਗੱਲ ਟੋਕਣ ਨਹੀਂ ਆਇਆ। ਤੁਸੀਂ ਦੱਸੋ ਇਹ ਜਹਾਜ਼ੀਆ ਜੀ ਕੀ ਪਿਆਖਦੇ ਸੀ? ਇੱਕ ਆਦਮੀ ਨੇ ਆਖਿਆ, ਜਹਾਜ਼ੀਆ ਸਾਨੂੰ ਸਾਧੂਆਂ ਦੀ ਗੱਲ ਪਿਆ ਦੱਸਦਾ ਸੀ। ਕਿਹੜੇ ਸਾਧੂ? ਕੁਝ ਮੈਨੂੰ ਵੀ ਦੱਸੋ, ਉਹ ਕਿਹੜੇ ਮੱਤ ਦੇ ਨੇ ਤੇ ਤੁਸੀਂ ਕਿੱਧਰ ਇਸ਼ਾਰਾ ਕਰਦੇ ਪੈਸੋ ਓ ਵੇਖੋ ਸੱਜੇ ਪਾਸੇ ਇੱਕ ਛੋਟਾ ਜਿਹਾ ਟਾਪੂ ਹੈ ਉਥੇ ਸਾਧੂ ਰਹਿੰਦੇ ਨੇ ਤੇ ਈਸ਼ਵਰ ਦਾ ਸਿਮਰਨ ਕਰਦੇ ਨੇ ਉਹ ਟਾਪੂ ਕਿੱਧਰ ਹੈ ਮੈਨੂੰ ਤੇ ਕੁਝ ਦਿਖਦਾ ਨਹੀਂ ਪੰਡਤ ਜੀ ਨੇ ਆਖਿਆ ਆਦਮੀ ਆਖਣ ਲੱਗਾ ਓ ਦੇਖੋ ਮਹਾਰਾਜ ਮੇਰੀ ਬਾਹ ਦੀ ਸੇਚ ਤੁਹਾਨੂੰ ਉਹ ਛੋਟਾ ਜਿਹਾ ਬਦਲ ਦਿਖਦਾ ਹੈ ਉਹਦੇ ਥੱਲੇ ਜਰਾ ਇੱਕ ਲਕੀਰ ਹੈ ਨਾ ਉਹ ਟਾਪੂ ਹੈ ਪੰਡਤ ਨੇ ਨੇ ਚਾਕੇ ਤੱਕਿਆ ਪਰ ਉਹਨਾਂ ਦੀ ਅਣਜਾਣ ਅੱਖਾਂ ਨੂੰ ਟਾਪੂ ਨਿਗਾਣਾ ਪਿਆ ਉਹ ਆਖਣ ਲੱਗੇ ਮੈਨੂੰ ਟਾਪੂ ਤੇ ਨਜ਼ਰ ਨਹੀਂ ਆਇਆ ਪਰ ਦੱਸੋ ਤੇ ਸਹੀ ਇਹ ਸਾਧੂ ਕੌਣ ਨੇ ਜਹਾਜ਼ੀ ਆਖਣ ਲੱਗਾ ਉਹ ਮਹਾਤਮਾ ਨੇ ਜੀ ਮੈਂ ਉਹਨਾਂ ਦਾ ਚਰਚਾ ਤਾਂ ਅਗੇ ਸੁਣਿਆ ਹੋਇਆ ਪਰ ਦਰਸ਼ਨ ਪਿਛਲੇ ਸਾਲ ਹੀ ਹੋਏ ਨੇ ਮੈਂ ਮੱਛੀਆਂ ਫੜਨ ਲਈ ਇੱਕ ਕਿਸ਼ਤੀ ਵਿੱਚ ਸਾਂ ਤੂਫਾਨ ਆਇਆ ਤੇ ਰਾਤ ਨੂੰ ਮੁੜ ਨਾ ਸਕਿਆ ਤਸਵੇਰੇ ਮੇਰੀ ਕਿਸ਼ਤੀ ਉਸ ਟਾਪੂ ਤੇ ਖੜੋਤੀ ਸੀ ਮੈਂ ਉਤਰ ਕੇ ਟਾਪੂ ਤੇ ਗਿਆ ਇੱਕ ਪੋਰੇ ਦੇ ਬਾਹਰ ਬੁੱਢਾ ਆਦਮੀ ਬੈਠਾ ਵੇਖਿਆ ਪਾਲਕੂ ਮਗਰੋਂ ਦੋ ਹੋਰ ਬੁੱਢੇ ਆ ਗਏ ਉਹਨਾਂ ਨੇ ਅੱਗ ਉੱਤੇ ਮੇਰੇ ਕੱਪੜੇ ਸੁਕਾਏ ਮੈਨੂੰ ਖਾਣ ਨੂੰ ਵੀ ਦਿੱਤਾ ਤੇ ਮੇਰੀ ਕਿਸ਼ਤੀ ਦੀ ਵੀ ਮੁਰੰਮਤ ਕੀਤੀ ਪੰਡਤ ਜੀ ਨੇ ਪੁੱਛਿਆ ਅੱਛਾ ਉਹ ਕਹੋ ਜੇ ਨੇ ਜਹਾਜ਼ੀਏ ਨੇ ਆਖਿਆ ਤੈਨੂੰ ਬੁੱਢੇ ਨੇ ਜੀ ਇੱਕ ਤਾਂ 100 ਸਾਲ ਤੋਂ ਉੱਪਰ ਦਾ ਹੋਣਾ ਉਦੀ ਦਾੜੀ ਹਰੇ ਰੰਗ ਦੀ ਹੋ ਗਈ ਐ ਚਿਹਰਾ ਹਰ ਵੇਲੇ ਮੁਸਕਰਾਹਟ ਵਾਲਾ ਜਿਵੇਂ ਅਰਸ਼ੋਂ ਦੇਵਤਾ ਉਤਰਿਆ ਹੋਵੇ ਦੂਜਾ ਵੀ ਬੁੱਢਾ ਹੈ ਉਹਦੀ ਦਾੜੀ ਚਿੱਟੀ ਐ ਤੇ ਉਹਦਾ ਕੱਦ ਲੰਮਾ ਤਗੜਾ ਹੈ ਮੇਰੀ ਕਿਸ਼ਤੀ ਨੂੰ ਉਹਨੇ ਕਲੇ ਦੇ ਨਾਲੋਂ ਇਉਂ ਉਲਟਾ ਕੇ ਰੱਖ ਦਿੱਤਾ ਜਿਵੇਂ ਹੌਲਾ ਜਿਹਾ ਕੱਖ ਹੋਵੇ ਤੀਜਾ ਵੀ ਲੰਮਾ ਉਹਦੀ ਦੁੱਧ ਵਰਗੀ ਚਿੱਟੀ ਦਾੜੀ ਗੋਡੇਾਂ ਤੀਕ ਹੁੰਦੀ ਐ ਤੇ ਉਹਦੇ ਪਰਵੱਟੇ ਹੇਠਾਂ ਤੀਕ ਪਲੰਦੇ ਨੇ ਲੱਕ ਨਾਲ ਉਹਨੇ ਇੱਕ ਸਾਫ ਬੰਨੀ ਹੋਈ ਐ ਪੰਡਤ ਜੀ ਪੁੱਛਣ ਲੱਗੇ ਆਹਾ ਉਹਨਾਂ ਨੇ ਤੇਰੇ ਨਾਲ ਕੀ ਗੱਲਾਂ ਕੀਤੀਆਂ ਜਹਾਜ਼ੀ ਆਖਣ ਲੱਗਾ ਉਹ ਤੇ ਬੜਾ ਥੋੜਾ ਬੋਲਦੇ ਨੇ ਸਾਰਾ ਕੰਮ ਤਾਂ ਦਾ ਚੁੱਪਚਾਪ ਰਹਿ ਕੇ ਕਰ ਹੀ ਜਾਂਦੇ ਨੇ ਤੇ ਇੱਕ ਦੂਜੇ ਦੀਆਂ ਅੱਖਾਂ ਵੱਲ ਵੇਖ ਕੇ ਮਤਲਬ ਸਮਝ ਜਾਂਦੇ ਨੇ ਮੈਂ ਇੱਕ ਨੂੰ ਪੁੱਛ ਬੈਠਾ ਕਿ ਇੱਥੇ ਕਿਤਨੇ ਚਿਰ ਤੋਂ ਰਹਿ ਰਹੇ ਹੋ ਉਹ ਕੁਝ ਨਰਾਜ਼ ਜਾ ਹੋ ਗਿਆ ਪਰ ਸੌ ਵਰਿਆਂ ਤੋਂ ਉੱਪਰ ਵਾਲੇ ਨੇ ਅਸਮਾਨ ਵੱਲ ਵੇਖ ਕੇ ਆਖਿਆ ਸਾਡੇ ਤੇ ਮਿਹਰ ਕਰੋ। ਇਹਨਾਂ ਦੇ ਗੱਲਾਂ ਕਰਦਿਆਂ ਜਹਾਜ਼ ਉਹ ਟਾਪੂ ਦੇ ਨੇੜੇ ਆ ਗਿਆ। ਪੰਡਤ ਜੀ ਨੇ ਜਹਾਜ਼ ਦੇ ਕਪਤਾਨ ਕੋਲ ਜਾ ਕੇ ਬੇਨਤੀ ਕੀਤੀ ਕਿ ਉਸ ਟਾਪੂ ਵੱਲ ਜਹਾਜ਼ ਨੂੰ ਮੋੜਿਆ ਜਾਵੇ। ਕਪਤਾਨ ਨੇ ਜੋ ਦੇਸੀ ਆਦਮੀ ਸੀ ਆਖਿਆ ਕਿ ਵਕਤ ਤੰਗ ਹੈ। ਸਾਧੂ ਕੀ ਪਤਾ ਉੱਥੇ ਹੈਨ ਵੀ ਆ ਨਹੀਂ। ਉਹ ਜੇ ਹੈਨ ਵੀ ਤਾਂ ਵੀ ਤੁਸੀਂ ਉਹਨਾਂ ਨੂੰ ਕੀ ਆਖਣਾ ਹੈ ਉਹ ਤਾਂ ਮੂਰਖ ਨੇ ਬੋਲਦੇ ਹੀ ਨਹੀਂ। ਪੰਡਤ ਜੀ ਨੇ ਜ਼ਿੱਦ ਕੀਤੀ ਤੇ ਆਖਿਆ ਕਿ ਦੇਰੀ ਦਾ ਹਰਜਾਨਾ ਮੈਂ ਭਰ ਦਿਆਂਗਾ। ਜਹਾਜ਼ ਟਾਪੂ ਦੇ ਪਾਸ ਨਹੀਂ ਸੀ ਜਾ ਸਕਦਾ ਲੰਗਰ ਸੁੱਟ ਕੇ ਇੱਕ ਕਿਸ਼ਤੀ ਉਤਾਰੀ ਗਈ ਚਾਰ ਮਹਾਣੇ ਚੱਪੂ ਫੜ ਕੇ ਬੈਠ ਗਏ ਤੇ ਪੰਡਤ ਜੀ ਨੂੰ ਟਾਪੂ ਵੱਲ ਲੈ ਤੁਰੇ ਮਹਾਣੇ ਤਕੜੇ ਸੀ ਪਲੋਪਲੀਆ ਪੜ ਗਏ ਪੰਡਤ ਜੀ ਉੱਤਰ ਕੇ ਪੋਰੇ ਵੱਲ ਨੂੰ ਗਏ ਉੱਥੇ ਤਿੰਨੇ ਬੁੱਢੇ ਸਾਧੂ ਸੀ ਪੰਡਤ ਜੀ ਦੀ ਸ਼ਕਲ ਸੂਰਤ ਵੇਖ ਕੇ ਆਦਰ ਕਰਨ ਨੂੰ ਖੜੋ ਗਏ ਪੰਡਤ ਜੀ ਨੇ ਵੀ ਅਸ਼ੀਰਵਾਦ ਦਿੱਤਾ ਤੇ ਉਹਨਾਂ ਨੂੰ ਮੱਥਾ ਟੇਕਿਆ ਪੰਡਤ ਵਿਦਿਆਨੰਦ ਆਖਣ ਲੱਗੇ ਮੈਂ ਸੁਣਿਆ ਕਿ ਤੁਸੀਂ ਸਾਧੂ ਲੋਕ ਇੱਥੇ ਰਹਿੰਦੇ ਹੋ ਤੇ ਸਿਮਰਨ ਕਰਦੇ ਹੋ ਮੈਂ ਵੇਦਾਂ ਦਾ ਗਿਆਤਾ ਇੱਕ ਤੁਛ ਬੁੱਧੀ ਵਾਲਾ ਪੰਡਤ ਹਾਂ ਜੀਵੇ ਚ ਆਇਆ ਤੁਹਾਡੇ پاسੋਂ ਹੋ ਚੱਲਾਂ ਤੇ ਪੁਰਾਣੇ ॠਸ਼ੀਆਂ ਦਾ ਈਸ਼ਵਰ ਪ੍ਰਾਪਤੀ ਵਾਲਾ ਰਸਤਾ ਤੁਹਾਨੂੰ ਦੱਸ ਚੱਲਾਂ ਤਿੰਨੇ ਬੁੱਢਿਆਂ ਨੇ ਇੱਕ ਦੂਜੇ ਦੇ ਮੂੰਹ ਵੱਲ ਤੱਕਿਆ ਪਰ ਚੁੱਪ ਕਰਕੇ ਖੜੇ ਰਹੇ ਪੰਡਤ ਵਿਦਿਆਨਾਥ ਨੇ ਪੁੱਛਿਆ ਤੁਸੀਂ ਕਿਸ ਵਿਧੀ ਦੇ ਨਾਲ ਈਸ਼ਵਰ ਦਾ ਸਿਮਰਨ ਕਰਦੇ ਹੋ ਦੋ ਬੁੱਢਿਆਂ ਨੇ ਸੌ ਵਰਿਆਂ ਤੋਂ ਉੱਪਰ ਵਾਲੇ ਵੱਲ ਦੇਖਿਆ ਤੇ ਉਹ ਬੋਲਿਆ ਮਹਾਰਾਜ ਸਾਨੂੰ ਕੋਈ ਵਿਧੀ ਨਹੀਂ ਆਉਂਦੀ ਅਸੀਂ ਤਾਂ ਕੇਵਲ ਮਿਹਨਤ ਕਰਕੇ ਆਪਣੇ ਪੇਟ ਪਾਲਣ ਦਾ ਪ੍ਰਬੰਧ ਕਰਦੇ ਹਾਂ ਪੰਡਤ ਨੇ ਪੁੱਛਿਆ ਪਰ ਤੁਸੀਂ ਈਸ਼ਵਰ ਅराधना ਕਿਸ ਪ੍ਰਕਾਰ ਕਰਦੇ ਹੋ ਸਾਧੂ ਨੇ ਆਖਿਆ ਅਸੀਂ ਉਹ ਆਖਦੇ ਹਾਂ ਬ੍ਰਹਮਾ ਵਿਸ਼ਨੂ ਸ਼ਿਵ ਤੈਨ ਤਸੀਂ ਤੈਨ ਅਸੀਂ ਸਾਡੇ ਤੇ ਮਿਹਰ ਕਰੋ ਜਦ ਬੁੱਢੇ ਸਾਧੂ ਨੇ ਉਹ ਆਖਿਆ ਤੈਨ ਸਾਧੂਆਂ ਨੇ ਅੱਖੀਆਂ ਅਸਮਾਨ ਵੱਲ ਕੀਤੀਆਂ ਤੇ ਬਿਰਹੋ ਪਰਿਸਰ ਚ ਬੋਲੇ ਬ੍ਰਹਮਾ ਵਿਸ਼ਨੂ ਸ਼ਿਵ ਤੈਨ ਤਸੀਂ ਤੇ ਤੈਨ ਅਸੀਂ ਸਾਡੇ ਤੇ ਮਿਹਰ ਕਰੋ ਪੰਡਤ ਮੁਸਕੁਰਾਇਆ ਤੇ ਆਖਣ ਲੱਗਾ ਤੁਹਾਨੂੰ ਈਸ਼ਵਰ ਦੇ ਤੈਨ ਗੁਣਾ ਦਾ ਕੁਝ ਪਤਾ ਹੈ ਪਰ ਤੁਸੀਂ ਪ੍ਰਾਰਥਨਾ ਵਿਧੀ ਦੇ ਅਨੁਸਾਰ ਨਹੀਂ ਕਰਦੇ ਤੁਹਾਡੇ ਵਾਸਤੇ ਮੇਰੇ ਦਿਲ 'ਚ ਦਇਆ ਆਈ ਹੈ ਤੁਸੀਂ ਰੱਬ ਨੂੰ ਪ੍ਰਸੰਨ ਕਰਨਾ ਚਾਹੁੰਦੇ ਹੋ ਪਰ ਤੁਹਾਨੂੰ ਪਤਾ ਨਹੀਂ ਹੋ ਕਿਵੇਂ ਪ੍ਰਸੰਨ ਹੋਏਗਾ ਤੁਹਾਡੇ ਵਾਲਾ ਪ੍ਰਾਰਥਨਾ ਦਾ ਨਾ ਤਰੀਕਾ ਠੀਕ ਨਹੀਂ ਹੈ ਲਓ ਮੈਂ ਤੁਹਾਨੂੰ ਸਮਝਾਵਾਂਗਾ ਪਰ ਇਹ ਵੀ ਆਪਣੇ ਪਾਸੋਂ ਤੁਹਾਨੂੰ ਨਹੀਂ ਦੱਸ ਰਿਹਾ ਇਹ ਪੁਰਾਤਨ ਰੇਸ਼ੀਆਂ ਤੇ ਵੇਦਾਂ ਦੇ ਰਚਨਹਾਰ ਮਹਾਂ ਰੇਸ਼ੀਆਂ ਦਾ ਗਿਆਨ ਹੈ ਵੇਦਾਂ 'ਚ ਹੁਕਮ ਹੈ ਕਿ ਸਾਰੇ ਮਨੁਸ਼ ਮਾਤਰ ਲਈ ਭਗਤੀ ਕਰਨ ਦਾ ਕੇਵਲ ਇੱਕੋ ਹੀ ਰਸਤਾ ਹੁਣ ਪੰਡਤ ਜੀ ਨੇ ਇਹਨਾਂ ਨੂੰ ਗਾਇਤਰੀ ਤੇ ਸੰਧਿਆ ਸਿਖਾਣੀ ਸ਼ੁਰੂ ਕੀਤੀ। ਇਹਨਾਂ ਬੁੱਢਿਆਂ ਨੂੰ ਸੰਸਕ੍ਰਿਤ ਦੇ ਮੰਤਰ ਯਾਦ ਕਰਵਾਉਣ ਲੱਗੇ। ਓਮ ਸ਼ਨੋ ਦੇਵੀ ਰਬਿਸ਼ਟਿਏ ਇੱਕ ਬੁੱਢਾ ਜਿਨੇ ਰਬਿਸ਼ਟਿਏ ਆਖਿਆ ਉਹ ਇਹਦਾ ਠੀਕ ਉਚਾਰਨ ਨਾ ਕਰ ਸਕਿਆ। ਪੰਡਤ ਜੀ ਨੇ ਫੇਰ ਰਬਿਸ਼ਟਿਏ ਆਖਿਆ ਜਿਸ ਬੁੱਢੇ ਦੇ ਮੂੰਹ ਵਿੱਚ ਦੰਦ ਨਹੀਂ ਸੀ ਜਿਹਦੇ ਮੂੰਹ ਅੱਗੇ ਚਿੱਟੀਆਂ ਮੁੱਛਾਂ ਦਾ ਗੁੱਛਾ ਸੀ ਉਹਨੇ ਹੌਲੇ-ਹੌਲੇ ਯਾਦ ਕਰਕੇ ਰੁਬਿਸ਼ਟੇ ਆਖਿਆ ਇਸ ਪ੍ਰਕਾਰ ਪੰਡਤ ਜੀ ਨੇ ਇੱਕ ਛਲਾ ਤੇ ਬੈਠ ਕੇ ਉਹਨਾਂ ਨੂੰ ਪੜਾਇਆ ਇੱਕ ਇੱਕ ਅੱਖਰ ਉਹਨਾਂ ਨੂੰ 30 40 50 ਵਾਰ ਰੱਖਣਾ ਪਿਆ ਬੁੱਢੇ ਫੇਰ-ਫੇਰ ਭੁੱਲ ਜਾਣ ਗਲਤੀਆਂ ਕਰਨ ਪਰ ਈਸ਼ਵਰ ਸਿਰਜਣਹਾਰ ਨੂੰ ਖੁਸ਼ ਕਰਨ ਦੇ ਆਹਰ ਚ ਲੱਗੇ ਹੋਏ ਤੇ ਦਿਨ ਢਲਦੇ ਨੂੰ ਸੰਧਿਆ ਇੱਕ ਨੂੰ ਯਾਦ ਹੋ ਗਈ ਪੰਡਤ ਵਿਦਿਆਨੰਦੀ ਨੇ ਪਰਸੰਨ ਹੋ ਕੇ ਉਸ ਪਾਸੋਂ ਸੰਦੇਹਾ ਦੇ ਸਾਰੇ ਮੰਤਰ ਸੁਨੇ ਤੇ ਉਸ ਪਾਸੋਂ ਬਾਕੀਆਂ ਨੂੰ ਮੁਹਾਰਨੀ ਦਵਾਈ ਹਨੇਰਾ ਪੈ ਗਿਆ ਤੇ ਚੰਨ ਵੀ ਪਾਣੀ ਚੋਂ ਨਿਕਲ ਆਇਆ ਪੰਡਤ ਜੀ ਜਹਾਜ਼ ਵੱਲ ਮੁੜਨ ਲਈ ਖੜੇ ਹੋਏ ਤਿੰਨ ਬੁੱਢਿਆਂ ਨੇ ਜ਼ਮੀਨ ਤੇ ਲੰਮੇ ਪੈ ਕੇ ਉਹਨਾਂ ਨੂੰ ਨਮਸਕਾਰ ਕੀਤੀ ਪੰਡਤ ਜੀ ਨੇ ਹਰ ਇੱਕ ਨੂੰ ਅਸ਼ੀਰਵਾਦ ਦਿੱਤੀ ਤੇ ਕਿਸ਼ਤੀ ਵਿੱਚ ਬੈਠ ਕੇ ਜਹਾਜ਼ ਨੂੰ ਮੁੜੇ ਜਦ ਪੰਡਿਤ ਵਿਦਿਆਨੰਦ ਮੁੜ ਚੱਲੇ ਤਾਂ ਉਹਨਾਂ ਦੇ ਕੰਨਿ ਸੰਧਿਆ ਉੱਚੀ ਉੱਚੀ ਪੜਦੇ ਬੁੱਢਿਆਂ ਦੀ ਆਵਾਜ਼ ਪਈ ਜਿਉਂ-ਜਿਉਂ ਕਿਸ਼ਤੀ ਦੂਰ ਹੁੰਦੀ ਗਈ ਇਹ ਆਵਾਜ਼ ਵੀ ਮਤਮ ਹੁੰਦੀ ਗਈ ਭਾਵੇਂ ਆਵਾਜ਼ ਨਹੀਂ ਸੀ ਸੁਣੀਂਦੀ ਪਰ ਬੁੱਢਿਆਂ ਦੀ ਸ਼ਕਲ ਚੰ드ਰਮਾ ਦੇ ਚਾਨਣੇ 'ਚ ਵੀ ਦਿਸਦੀ ਸੀ ਉਸੇ ਤਰ੍ਹਾਂ ਤਿੰਨੇ ਬੁੱਢੇ ਸੰਧਿਆ ਯਾਦ ਕਰ ਰਹੇ ਸੀ ਹੌਲੇ-ਹੌਲੇ ਕਿਸ਼ਤੀ ਜਹਾਜ਼ ਤੇ ਪਹੁੰਚ ਗਈ ਪੰਡਿਤ ਜੀ ਜਹਾਜ਼ ਤੇ ਚੜੇ ਤੇ ਜਹਾਜ਼ ਤੁਰ ਪਿਆ ਡੈੱਕ ਤੇ ਖੜੇ ਹੋਏ ਪੰਡਤ ਜੀ ਉਸ ਟਾਪੂ ਵੱਲ ਮੂੰਹ ਕੀਤੀ ਖੜੇ ਸੀ ਤੇ ਦਿਲ ਵਿੱਚ ਕਦੇ ਪ੍ਰਸੰਨ ਹੋਣ ਕਿ ਅੱਜ ਚੰਗਾ ਪ੍ਰਚਾਰ ਕੀਤਾ ਕਦੇ ਬੁੱਢਿਆਂ ਦੀ ਪ੍ਰਸੰਨਤਾ ਨੂੰ ਯਾਦ ਕਰਨ ਕਦੇ ਨਿਰੰਕਾਰ ਦਾ ਧੰਨਵਾਦ ਕਰਨ ਕਿ ਤਿੰਨ ਜੀਵਾਂ ਨੂੰ ਈਸ਼ਵਰ ਪ੍ਰਾਪਤੀ ਦਾ ਰਾਹਸਤਾ ਦੱਸਣ ਦਾ ਅਫਸਰ ਮਿਲਿਆ ਜਦ ਰਾਤ ਡੂੰਗੀ ਪੈ ਗਈ ਬਾਕੀ ਮੁਸਾਫਿਰ ਆਪੋ ਆਪਣੇ ਟਿਕਾਣੇ ਜਾਵੜੇ ਪੰਡਤ ਜੀ ਉਥੇ ਡੈੱਕ ਤੇ ਖੜੇ ਉਹਨਾਂ ਖਿਆਲਾਂ 'ਚ ਮਸਤ ਸੀ ਕੁਛਿਰ ਪੰਡਤ ਜੀ ਐਸੀ ਤਰ੍ਹਾਂ ਖੜੇ ਰਹੇ ਅਚਨ ਜੇਤੀ ਚਾਨੜ ਦੀ ਚਾਨਣੀ ਵਿੱਚ ਉਹਨਾਂ ਨੇ ਕੋਈ ਚਿੱਟੀ ਚੀਜ਼ ਚਮਕਦੀ ਵੇਖੀ ਤੇ ਸੋਚਣ ਲੱਗੇ ਇਹ ਕੋਈ ਸਮੁੰਦਰੀ ਪੰਖੇਰੂ ਹੈ ਜਾਂ ਕਿਸੇ ਛੋਟੀ ਬੀੜੀ ਦੇ ਪਖ ਹਨ ਉਸ ਪਾਸੇ ਨਿਗਾਹ ਟਿਕਾ ਕੇ ਦੇਖਣ ਲੱਗੇ ਤੇ ਆਪਣੇ ਚਿੱਤ ਚ ਆਖਣ ਲੱਗੇ ਜ਼ਰੂਰ ਕੋਈ ਕਿਸ਼ਤੀ ਸਾਡੇ ਪਿੱਛੇ ਆ ਰਹੀ ਹੈ ਪਰ ਹੈ ਬੜੀ ਤੇਜ਼ ਪਲਕੂ ਹੋਇਆ ਬਹੁਤ ਦੂਰ ਸੀ ਪਰ ਹੁਣ ਬਹੁਤ ਨੇੜੇ ਹੈ ਨਹੀਂ ਇਕਸ਼ਤੀ ਤਾਂ ਨਹੀਂ ਭਾਵੇਂ ਕੁਝ ਵੀ ਹੋਵੇ ਇਹ ਚੀਜ਼ ਜ਼ਰੂਰ ਸਾਡੇ ਹੀ ਪਿੱਛੇ ਆ ਰਹੀ ਹੈ ਪੰਡਤ ਜੀ ਨੂੰ ਪਤਾ ਨਾ ਲੱਗੇ ਚੀਜ਼ ਕੀ ਹੈ ਨਾ ਉਬੇੜੀ ਸੀ ਨਾ ਪੰਖੇ ਰੂ ਨਾ ਮੱਛੀ ਆਦਮੀ ਨਾਲੋਂ ਜ਼ਿਆਦਾ ਵੱਡੀ ਹੈ ਨਾਲੇ ਆਦਮੀ ਹਾ ਤਾਂ ਸਮੁੰਦਰ ਕਿਵੇਂ ਆ ਸਕਦਾ ਐਂ ਸੋਚਦੇ ਹੋਏ ਉਹਨਾਂ ਨੇ ਇੱਕ ਜਹਾਜ਼ੀਏ ਨੂੰ ਪੁੱਛਿਆ ਉਹ ਵੇਖਦਾ ਸਹੀ ਮਿਤਰਾ ਸਾਹਮਣੇ ਕੀ ਚੀਜ਼ ਆ ਰਹੀ ਹੈ ਪਰ ਇਹ ਗੱਲ ਜੇ ਪੰਡਤ ਜੀ ਦੇ ਮੂੰਹ ਚ ਸੀ ਦੋਵੇਂ ਚੱਕਿਤ ਰਹਿ ਗਏ ਅੱਖਾਂ ਟੱਡ ਕੇ ਬਿਟ-ਬਿਟ ਵੇਖਣ ਦਾ ਯਤਨ ਕੀਤਾ ਪਰ ਕੁਝ ਸਮਝਦਾ ਆਵੇ ਯਕੀਨ ਨਾ ਆਵੇ ਸਾਹਮਣੇ ਤਿੰਨੇ ਬੁੱਢੇ ਪਾਣੀ ਦੇ ਉੱਪਰ ਦੌੜਦੇ ਆ ਰਹੇ ਸੀ ਉਹਨਾਂ ਦੇ ਦੁੱਧ ਵਰਗੇ ਚਿੱਟੇ ਦਾੜੇ ਤੇ ਬਰਫ਼ ਵਰਗੇ ਚਿੱਟੇ ਪੋਸ਼ਾਕੀ ਅਜਬ ਬਹਾਰ ਵਿਖਾਉਂਦੇ ਸੀ ਤੇ ਜਹਾਜ਼ ਵਾਲਿਓ ਤੇਜ਼ ਆਉਂਦੇ ਦਿਸਦੇ ਸੰਜੀਕੂ ਜਹਾਜ਼ ਖੜਾ ਹੋਇਆ ਹੋਵੇ ਪਤਾਰ ਵਾਲੇ ਨੇ ਆਪਣੀ ਪਤਾਰ ਛੱਡ ਦਿੱਤੀ ਤੇ ਕੰਬਦਾ ਹੋਇਆ ਆਖਣ ਲੱਗਾ ਹਾਏ ਰੱਬਾ ਸਾਧੂ ਤੇ ਐਉਂ ਦੌੜਦੇ ਨੇ ਜਿ ਕੋ ਸੁੱਕੀ ਧਰਤੀ ਪਰ ਤੁਰੇ ਆਉਂਦੇ ਹੋਣ ਸੁੱਤੇ ਹੋਏ ਮੁਸਾਫਿਰ ਉਹਨਾਂ ਦੀ ਗੱਲ ਸੁਣ ਕੇ ਚਾਗ ਪਏ ਤੇ ਡੈੱਕ ਉੱਪਰ ਆ ਕੇ ਦੇਖਣ ਲੱਗੇ ਸਾਹਮਣੇ ਤਿੰਨੋ ਸਾਧੂ ਆ ਰਹੇ ਸੀ ਤੇ ਇਸ਼ਾਰਾ ਕਰਦੇ ਸੀ ਜਹਾਜ਼ ਨੂੰ ਠਹਿਰਾ ਲਓ ਪੈਰ ਹਿਲਾਣ ਤੋਂ ਬਿਨਾ ਤਿੰਨੋ ਹੀ ਪਾਣੀ ਉੱਪਰ ਤਲ ਕੇ ਆਉਂਦੇ ਸੀ ਜਹਾਜ਼ ਦੇ ਠਹਿਰਨ ਤੋਂ ਪਹਿਲਾਂ ਹੀ ਉਹ ਉੱਪਰ ਗਏ ਤੇ ਜਹਾਜ਼ ਵੱਲ ਸਿਰ ਉੱਚਾ ਕਰਕੇ ਆਖਣ ਲੱਗੇ हे ਪੰਡਤ ਜੀ 헤 ਰਬ ਨੂੰ ਪਹੁੰਚੇ ਹੋਏ ਅਸੀਂ ਆਪਣਾ ਸਬਕ ਭੁੱਲ ਗਏ ਹ ਜਿੰਨਾ ਚਿਰ ਅਸੀਂ ਮੂੰਹ ਨਾਲ ਲਾਖਦੇ ਰਹੇ ਸਾਨੂੰ ਚੇਤਾ ਰਿਹਾ ਪਰ ਜਿਉਂ ਹੀ ਅਸੀਂ ਆਖੜਾ ਬੰਦ ਕੀਤਾ ਤਾਂ ਇੱਕ ਇੱਕ ਕਰਕੇ ਸਾਨੂੰ ਸਾਰੇ ਸ਼ਲੋਕ ਭੁੱਲ ਗਏ ਹੁਣ ਤਾਂ ਸਾਨੂੰ ਕੋਈ ਅਖਰ ਹੀ ਚੇਤੇ ਨਹੀਂ ਰਿਹਾ ਕਿਰਪਾ ਕਰੋ ਮੰਤਰ ਫੇਰ ਪੜਾਓ ਪੰਡਤ ਜੀ ਨੇ ਅਦਾ ਬਨਾਲ ਹੱਥ ਜੋੜੇ ਤੇ ਸਿਰ ਨੀਵਾ ਕਰਕੇ ਆਖਣ ਲੱਗਾ ਤੁਸੀਂ ਰੱਬ ਨੂੰ ਪਹੁੰਚੇ ਹੋਏ ਹੋ ਮੇਰੇ ਮੰਤਰ ਨਾਲੋਂ ਤਾਂ ਸਾਡੀ ਬੇਨਤੀ ਵਧੇਕ ਫਲਦਾਇਕ ਹੈ ਮੈਂ ਤੁਸਾਂ ਨੂੰ ਪੜਾਉਣ ਜੋਗਾ ਨਹੀਂ ਮੇਰੇ ਵਰਗੇ ਪਾਪੀਆਂ ਤੇ ਵੀ ਮਿਹਰ ਕਰੋ ਮਹਾਰਾਜ ਮੇਰੇ ਵਰਗੇ ਪਾਪੀਆਂ ਤੇ ਵੀ ਮਿਹਰ ਕਰੋ ਪੰਡਤ ਨੇ ਉੱਥੇ ਹੀ ਸਾਧੂਆਂ ਦੇ ਅੱਗੇ ਅਸ਼ਟਾਂਗ ਡੰਡੋਤ ਕੀਤੀ ਤੇ ਸਾਧੂ ਮੁੜ ਗਏ ਜਿੱਥੇ ਸਾਧੂ ਅਲੋਪ ਹੋਏ ਸੀ ਉੱਥੇ ਸੂਰਜ ਚੜਨ ਤੀਕ ਬਿਜਲੀ ਵਤ ਚਾਨਣ ਰਿਹਾ